ਪ੍ਰਾਈਮੇਸ਼ਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ ਮੈਂ ਹਾਂ ਅਵਨੀਤ ਸਿੰਘ ਤੇਜਾ ਪ੍ਰਾਈਮ ਟਾਕ ਦੇ ਵਿੱਚ ਅਸੀਂ ਵਕਫ ਵਕਫ ਵਿਸ਼ਿਆਂ ਦੇ ਉੱਪਰ ਗੱਲ ਕਰਦੇ ਰਹਿੰਦੇ ਆ ਤੇ ਅੱਜ ਜਿਹੜਾ ਵਿਸ਼ਾ ਅਸੀਂ ਲੈ ਕੇ ਆ ਹਾਜ਼ਰ ਹੋਏ ਆ ਇਹਦੇ ਬਾਰੇ ਸਾਨੂੰ ਬਹੁਤ ਸਾਰੀਆਂ ਕੌਲਾਂ ਆਉਂਦੀਆਂ ਨੇ ਬਹੁਤ ਸਾਰੇ ਮੈਸੇਜ ਆਉਂਦੇ ਨੇ ਅਸਲ ਵਿੱਚ ਕੈਨੇਡਾ ਜਾਂ ਹੋਰ ਵੀ ਕਿਤੇ ਵਿਦੇਸ਼ ਜਾਣ ਲਈ ਲੋਕਾਂ ਦੇ ਨਾਲ ਠੱਗੀਆਂ ਜੜੀਆਂ ਨੇ ਇਹ ਕੋਈ ਨਵੀਂ ਗੱਲ ਨਹੀਂ ਲੰਬੇ ਸਮੇਂ ਤੋਂ ਠੱਗੀਆਂ ਹੁੰਦੀਆਂ ਆ ਰਹੀਆਂ ਨੇ ਪਰ ਹੁਣ ਕੀ ਹੋ ਰਿਹਾ ਕਿ ਕਿਉਂਕਿ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਆ ਰਹੇ ਨੇ ਇਸ ਕਰਕੇ ਵਿਦਿਆਰਥੀਆਂ ਦੇ ਨਾਂ ਦੇ ਉੱਪਰ ਜਿਹੜੀਆਂ ਠੱਗੀਆਂ ਦਾ ਸਿਲਸਲਾ ਉਹ ਲਗਾਤਾਰ ਜਾਰੀ ਹੈ ਤੇ ਇਹਨੂੰ ਠੱਲ ਨਹੀਂ ਪੈ ਰਹੀ ਹੁਣ ਠੱਗਾਂ ਨੂੰ ਠੱਲ ਪਾਉਣੀ ਇੱਕ ਵੱਖਰਾ ਵਿਸ਼ਾ ਹੈ ਪਰ ਉਹਨਾਂ ਤੋਂ ਜਾਗਰੂਕ ਹੋਣਾ ਇੱਕ ਵੱਖਰਾ ਵਿਸ਼ਾ ਤੇ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਜਾਗਰੂਕ ਕਰੀਏ ਤਾਂ ਕਿ ਤੁਸੀਂ ਇਹਨਾਂ ਠੱਗਾਂ ਦੇ ਜਾਲ ਦੇ ਵਿੱਚ ਨਾ ਫਸ ਜਾਵੋ ਇਹਨਾਂ ਠੱਗਾਂ ਬਾਰੇ ਜਾਣਕਾਰੀ ਦੇਣ ਲਈ ਮੇਰੇ ਨਾਲ ਨੇ ਓਮ ਗਲੋਬਲ ਤੋਂ ਪੁਨੀਤ ਖੰਨਾ ਜੀ ਪੁਨੀਤ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸ਼ੁਕਰੀਆ ਪੁਨੀਤ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਜਦੋਂ ਅਸੀਂ ਗੱਲ ਕਰਦੇ ਹਾਂ ਠੱਗੀ ਦੀ ਠੱਗੀ ਦੇ ਬਹੁਤ ਕੇਸ ਰੋਜ਼ ਹੀ ਵਾਪਰ ਰਹੇ ਆ ਭਾਵੇਂ ਅਸੀਂ ਪੰਜਾਬ ਦੀ ਗੱਲ ਕਰੀਏ ਭਾਰਤ ਦੀ ਗੱਲ ਕਰੀਏ ਜਾਂ ਹੋਰ ਖਿੱਤਿਆਂ ਦੀ ਗੱਲ ਕਰੀਏ ਕੈਨੇਡਾ ਆਉਣ ਦੇ ਚਾਹਵਾਨ ਲੋਕ ਬਹੁਤ ਸਾਰੇ ਨੇ ਤੇ ਇਸੇ ਕਰਕੇ ਉਹਨਾਂ ਨਾਲ ਠੱਗੀਆਂ ਵੀ ਵੱਡੀਆਂ ਹੋ ਰਹੀਆਂ ਨੇ ਤੁਸੀਂ ਦੱਸੋ ਇਹ ਠੱਗਿਆ ਕਿਸ ਕਿਸ ਕਿਸਮੀਆਂ ਠੱਗੀਆਂ ਹੋ ਰਹੀਆਂ ਨੇ ਖਾਸ ਕਰਕੇ ਜਦੋਂ ਅਸੀਂ ਵਿਦਿਆਰਥੀ ਵੀਜ਼ੇ ਦੀ ਗੱਲ ਕਰਦੇ ਹਾਂ ਅਬਨੀ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਹਰ ਫੀਲਡ ਦੇ ਵਿੱਚ ਚਾਹੇ ਉਹ ਬਾਹਰ ਭੇਜਣ ਵਾਲੇ ਕੰਮ ਦੀ ਗੱਲ ਕਰ ਲਈਏ ਜਾਂ ਕਿਸੇ ਵੀ ਹੋਰ ਚੀਜ਼ ਦੀ ਗੱਲ ਕਰ ਲਈਏ ਕੁਝ ਲੋਕ ਇਦਾਂ ਦੇ ਹਰ ਫੀਲਡ ਚ ਅਵੇਲੇਬਲ ਨੇ ਜਿਨ੍ਹਾਂ ਕਰਕੇ ਉਹ ਪ੍ਰੋਫੈਸ਼ਨ ਬਦਨਾਮ ਹੁੰਦਾ ਸਹੀ ਇਸੇ ਤਰ੍ਹਾਂ ਹੁਣ ਇਸ ਇੰਡਸਟਰੀ ਤੇ ਆ ਜੀ ਪੰਜਾਬ ਦੇ ਵਿੱਚ ਦੇ ਅੱਜ ਆਪਾਂ ਗੱਲ ਕਰੀਏ ਹਰ ਦੂਸਰਾ ਸਟੂਡੈਂਟ ਜਾਣਦਾ ਕਿ ਮੈਂ ਬਾਹਰ ਜਾ ਕੇ ਪੜਾ ਚਾਹੇ ਕੈਨੇਡਾ ਚਾਹੇ ਆਸਟ੍ਰੇਲੀਆ ਚਾਹੇ ਕਿਤੇ ਵੀ ਹੋਰ ਹੁਣ ਉਸ ਚੀਜ਼ ਦਾ ਫਾਇਦਾ ਉਠਾ ਕੇ ਇੱਕ ਸਟੂਡੈਂਟ ਜਿਹੜਾ ਅੱਜ ਤੱਕ ਕਦੀ ਆਪਣੇ ਪਿੰਡ ਤੋਂ ਆਪਣੇ ਸ਼ਹਿਰੋਂ ਬਾਹਰ ਨਹੀਂ ਗਿਆ ਕਿਸੇ ਇਦਾਂ ਦੇ ਬੰਦੇ ਦੇ ਹੱਥ ਚੜ ਜਾਂਦਾ ਜਿਹਨੂੰ ਆਪਾਂ ਨੌਸਰਵਾਜ ਕਹਿ ਲੈਂਦੇ ਆ ਠੱਗ ਕਹਿ ਲੈਂਦੇ ਆ ਉਹਦੀ ਤਾਂ ਆਲਰੇਡੀ ਸਾਰੀ ਪਲੈਨਿੰਗ ਹੁੰਦੀ ਹੈ ਸਹੀ ਸੋ ਜਿੰਨੀ ਮਰਜ਼ੀ ਤੁਸੀਂ ਚੁਸਤੀ ਚਲਾਕੀ ਲੈ ਕੇ ਚੱਲ ਜਾਓ ਉਹਦੇ ਕੋਲ ਜਿੰਨਾ ਮਰਜ਼ੀ ਸੋਚ ਕੇ ਚੱਲ ਜਾਓ ਉਹਨੇ ਆਪਣਾ ਹੋਮਵਰਕ ਕੀਤਾ ਹੈ ਤੁਹਾਨੂੰ ਠੱਗਣ ਲਈ ਉਹਨੇ ਤੁਹਾਡੀ ਜੇਬ ਚੋਂ ਪੈਸੇ ਕਢਾ ਹੀ ਲੈਣੇ ਆ ਬਿਲਕੁਲ ਵੱਖਰੇ ਵੱਖਰੇ ਤਰੀਕੇ ਨਾਲ ਵੱਖਰੇ ਵੱਖਰੇ ਰੋਜ਼ ਨਵੀਂ ਚੀਜ਼ ਸਾਹਮਣੇ ਆਉਂਦੀ ਹੈ ਕਿ ਕਿਸ ਤਰ੍ਹਾਂ ਸਟੂਡੈਂਟ ਤੋਂ ਪੈਸੇ ਲਿੱਤੇ ਜਾਂਦੇ ਆ ਅੱਜ ਮੈਂ ਰੀਸੈਂਟਲੀ ਕੱਲ ਪਰਸੋ ਦੀ ਗੱਲ ਹੈ ਮੈਨੂੰ ਦੇਖਣ ਨੂੰ ਮਿਲਿਆ ਹੁਣ ਸਟੂਡੈਂਟ ਨੇ ਉੱਥੇ ਕੀ ਕੀਤਾ ਕਿ ਪੈਸੇ ਦੇਣੇ ਬੰਦ ਕਰਤੇ ਜੀ ਏਜੰਟ ਨੇ ਕੀ ਕੰਮ ਸ਼ੁਰੂ ਕਰ ਦਿੱਤਾ ਆਫਰ ਲੈਟਰ ਲੈਂਦੇ ਆ ਕਾਲਜ ਤੋਂ ਅੱਛਾ ਜੀ ਆਫਰ ਲੈਟਰ ਲੈ ਕੇ ਕਿਸੇ ਵੀ ਕਾਲਜ ਤੋਂ ਸਟੂਡੈਂਟ ਨੂੰ ਆਫਰ ਲੈਟਰ ਦਿਖਾਈ ਜਾਂਦੀ ਆ ਕਿ ਆ ਦੇ ਤੇਰੀ ਮੈਂ ਆਫਰ ਲੈਟਰ ਮੰਗਾਤੀ ਇਹਦੇ ਤੇ ਆ ਹੁਣ 15000 ਡਾਲਰ ਫੀਸ ਲਿਖੀ ਆ ਹੁਣ ਤੋਂ ਇਹ 15000 ਡਾਲਰ ਫੀਸ ਪਰ ਨਹੀਂ ਆ ਠੀਕ ਹੈ ਸਟੂਡੈਂਟ ਕਹਿੰਦਾ ਇਹ ਅਕਾਊਂਟ ਨੰਬਰ ਦਿਓ ਮੈਨੂੰ ਕੁਛ ਦਿਓ ਅੱਗੇ ਏਜੰਟ ਆਪਣੇ ਇੱਕ ਅਕਾਊਂਟ ਚੋਂ ਪੈਸੇ ਲਈ ਜਾਂਦਾ ਸੀ ਸਟੂਡੈਂਟ ਦੇਈ ਜਾਂਦਾ ਇਹ ਹੁਣ ਜਿੱਦਾਂ ਜਿੱਦਾਂ ਅਵੇਅਰਨੈਸ ਵੱਧ ਰਹੀ ਹੈ ਜੀ ਸਟੂਡੈਂਟ ਨੂੰ ਵੀ ਪਤਾ ਕਿ ਮੈਂ ਇੱਥੇ ਪੈਸੇ ਨਹੀਂ ਦੇਣੇ ਏਜੰਟ ਨੂੰ ਵੀ ਪਤਾ ਕਿ ਮੈਂ ਇੱਥੇ ਪੈਸੇ ਲਏ ਤੇ ਇਹਨੇ ਦੇਣੇ ਨਹੀਂ ਹਮ ਹਮ ਨਵਾਂ ਕੰਮ ਸ਼ੁਰੂ ਕਰ ਲਿਆ ਕੈਨੇਡਾ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਅਕਾਊਂਟ ਖੁਲਾ ਲੈਂਦੇ ਆ ਕੈਨੇਡਾ ਦੇ ਵਿੱਚ ਕੋਈ ਕੰਪਨੀ ਫਾਰਮ ਕਰਕੇ ਇਨਕੋਰਪੋਰੇਸ਼ਨ ਬਣਾ ਕੇ ਇੱਥੇ ਅੱਛਾ ਜੀ ਉਹਦੇ ਵਿੱਚ ਉਹਦਾ ਅਕਾਊਂਟ ਡਿਟੇਲ ਦੇ ਦਿੰਦੇ ਸਟੂਡੈਂਟ ਨੂੰ ਆਫਰ ਲੈਟਰ ਦੇ ਥੱਲੇ ਆਪ ਹੀ ਛਾਪ ਕੇ ਅੱਛਾ ਜੀ ਉਹ ਸਟੂਡੈਂਟ ਨੂੰ ਆਫਰ ਲੈਟਰ ਦਿੱਤੀ ਜਾਂਦੀ ਹੈ ਸਟੂਡੈਂਟ ਵਿਚਾਰਾ 15000 ਡਾਲਰ ਲੈ ਕੇ ਆਪਣੇ ਬੈਂਕ ਜਾ ਕੇ ਟਰਾਂਸਫਰ ਕਰਾ ਦਿੰਦਾ ਉਹਨਾਂ ਅਕਾਊਂਟਾਂ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਉਹ ਸਟੂਡੈਂਟ ਦਾ ਵੀਜ਼ਾ ਅਪਲਾਈ ਹੋ ਜਾਂਦਾ ਜਾਂ ਉਹ ਰਿਫਿਊਜ਼ ਹੁੰਦਾ ਜਾਂ ਉਹ ਨਹੀਂ ਲੱਗਦਾ ਕਿਸੇ ਵੀ ਕਾਰਨ ਤੋਂ ਅਲਟੀਮੇਟਲੀ ਉਹ ਸਟੂਡੈਂਟ ਕੈਨੇਡਾ ਨਹੀਂ ਜਾਂਦਾ ਉਹਨੂੰ ਕਹਿੰਦੇ ਤੇਰਾ ਵੀਜ਼ਾ ਰਿਫਿਊਜ਼ ਹੋ ਗਿਆ ਜਾਂ ਹੁਣ ਤੇਰਾ ਅੱਗੋ ਪ੍ਰੋਸੈਸ ਨਹੀਂ ਹੋਣਾ ਤੇਰੀ ਐਡਮਿਸ਼ਨ ਕਾਲਜ ਨੇ ਕੈਨਸਲ ਕਰਦੀ ਅੱਛਾ ਜੀ ਯਾ ਸਟੂਡੈਂਟ ਕਹਿੰਦਾ ਕਿ ਮੇਰਾ ਹੁਣ ਜਾਣ ਦਾ ਹੁਣ ਵਿਚਾਰ ਨਹੀਂ ਹੈਗਾ ਜੀ ਮੈਂ ਕਿਸੇ ਹੋਰ ਚੱਲਾ ਜਾਂ ਮੈਂ ਇੱਥੇ ਐਡਮਿਸ਼ਨ ਲੈ ਲਈ ਹਮ ਹਮ ਕਹਿੰਦੇ ਬਿਲਕੁਲ ਸਹੀ ਹੈ ਤੇਰੀ ਗੱਲ ਆ ਤੇਰੇ 20% ਪੈਸੇ ਕੱਟ ਕੇ ਕਾਲਜ ਨੇ ਵਾਪਸ ਦੇਣੇ ਅੱਛਾ ਪੋਰਟ ਨੇ ਕਹਿੰਦਾ ਇਹ ਮੈਂ ਅਪਲਾਈ ਨਹੀਂ ਕੀਤਾ ਮੈਂ ਕਿਤੇ ਜਾਣਾ ਨਹੀਂ ਮੇਰਾ ਵੀਜ਼ਾ ਨਹੀਂ ਰਿਫਿਊਜ਼ ਹੋਇਆ ਕਿਉਂ 20% ਕੱਟੇ ਜਾਣ ਨਹੀਂ ਇਹ ਕਾਲਜ ਦੀ ਪਾਲਿਸੀ ਹੈ ਹਮਮ 500 ਡਾਲਰ ਉਹ ਬਚਾਰਾ ਪਹਿਲਾਂ ਦੇ ਚੁੱਕਾ ਜਿਹਦੇ ਤੋਂ ਜਿਹੜੀ ਉੱਤੋਂ ਪ੍ਰੋਸੈਸਿੰਗ ਫੀਸ ਦੇ ਨਾਂ ਤੇ ਲੈ ਲਈ 15000 2000 ਡਾਲਰ ਉਹਦੇ ਤੋਂ ਫੇਰ ਲੈ ਲਿਆ ਜਿਹਦੇ ਚੋ 20% ਕੱਟ ਕੇ ਤੁਹਾਨੂੰ ਬਾਕੀ ਪੈਸੇ ਮੋੜਤੇ ਜਾਂਦੇ ਬਿਲਕੁਲ ਬਿਲਕੁਲ ਨਵੀਂ ਤਰ੍ਹਾਂ ਦੀ ਠੱਗੀ ਇਹ ਤੇ ਪ੍ਰਾਈਮ ਏਸ਼ੀਆ ਟੀਵੀ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਇਹਨਾਂ ਠੱਗਾਂ ਤੋਂ ਇਹਨਾਂ ਨੌਸਰਬਾਜ਼ਾਂ ਤੋਂ ਹਮੇਸ਼ਾ ਜਾਗਰੂਕ ਕਰਦੇ ਰਹੀਏ ਤੇ ਸਾਡੇ ਪਨੀਤ ਖੰਨਾ ਵਰਗੇ ਮਹਿਮਾਨ ਜਿਹੜੇ ਆ ਉਹ ਸਾਨੂੰ ਇਹਦੇ ਬਾਰੇ ਬੜੀ ਡਿਟੇਲ ਵਿੱਚ ਜਾਣਕਾਰੀ ਦਿੰਦੇ ਰਹਿੰਦੇ ਆ ਹੋਰ ਪਨੀਜੀ ਮੰਨ ਲਓ ਇਸ ਤਰ੍ਹਾਂ ਦੀ ਆਫਰ ਲੈਟਰ ਆ ਗਈ ਹੁਣ ਸਾਰੇ ਲੋਕ ਪੜੇ ਲਿਖੇ ਨਹੀਂ ਆ ਬਹੁਤ ਸਾਰੇ ਮਾਪੇ ਇਦਾਂ ਦੇ ਆ ਕਿ ਜਿਹੜੇ ਆਪ ਅਨਪੜ੍ਹ ਨੇ ਪਰ ਉਹਨਾਂ ਦੇ ਸੁਪਨੇ ਆ ਆਪਣੇ ਬੱਚੇ ਨੂੰ ਪੜਾ ਲਿਖਾ ਕੇ ਕੈਨੇਡਾ ਸੈਟਲ ਕਰਨ ਦੇ ਆ ਹੁਣ ਇਹ ਅਜਿਹੇ ਲੋਕਾਂ ਤੋਂ ਬਚਿਆ ਕਿਵੇਂ ਜਾਵੇ ਕਿਉਂਕਿ ਉਹ ਜ਼ਰੂਰੀ ਹੈ ਸਾਡੇ ਵਾਸਤੇ ਸਰ ਗਲਾ ਬੈ ਗਿਆ ਮੇਰਾ ਤਾਂ ਰੋਲਾ ਪਾ ਪਾ ਕੇ ਜਦੋਂ ਮੈਂ ਇੰਡੀਆ ਸੀਗਾ ਪੰਜਾਬ ਸੀਗਾ ਉਦੋਂ ਵੀ ਜਦੋਂ ਦਾ ਇੱਥੇ ਆਇਆ ਪਿਛਲੇ 15 20 ਦਿਨ ਤੋਂ ਆਪਾਂ ਪਿਛਲੇ ਸ਼ੋਅ 'ਚ ਵੀ ਇਹ ਗੱਲ ਕੀਤੀ ਸੀ ਫੇਰ ਦੁਬਾਰਾ ਵੀ ਮੈਂ ਫੇਸਬੁੱਕ ਤੇ ਵੀ ਰੈਗੂਲਰਲੀ ਪੋਸਟ ਪੈਂਦੀ ਆ ਇੰਸਟਾਗ੍ਰam ਫੇਸਬੁੱਕ ਹਰ ਜਗ੍ਹਾ ਤੇ ਬਾਰ ਬਾਰ ਕਹਿ ਕਹਿ ਕੇ ਗਲਾ ਸੁੱਕ ਗਿਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿਓ ਜੀ ਠੱਗੀ ਕਿਸ ਚੀਜ਼ ਦੀ ਹੋਗੀ ਕੋਈ ਕਿਸੇ ਨੇ ਤੁਹਾਡਾ ਪਾਸਪੋਰਟ ਨਹੀਂ ਰੱਖਣਾ ਕਿਸੇ ਨੇ ਤੁਹਾਡੇ ਕਾਗਜ ਨਹੀਂ ਰੱਖਣੇ ਕਿਸੇ ਨੇ ਤੁਹਾਡੇ ਕਾਗਜਾਂ ਚੋਂ ਨੰਬਰ ਨਹੀਂ ਕੱਢ ਲੈਣਾ ਕਿ 80% ਨੰਬਰ ਨੇ ਕਾਗਜ ਲੈ ਕੇ 20 ਮੈਂ ਕੱਢ ਲੇ ਤਾਂ ਤੁਹਾਨੂੰ 60 ਮੋੜ ਦਿੱਤੇ ਜੀ ਅਲਟੀਮੇਟਲੀ ਠੱਗੀ ਤਾਂ ਪੈਸੇ ਦੀ ਹੀ ਹੋਣੀ ਹੈ ਨਾ ਬਿਲਕੁਲ ਉਹ ਬੰਦਾ ਜਿਹੜਾ ਆਪਣਾ ਟਾਈਮ ਲਾ ਰਿਹਾ ਤੁਹਾਡੇ ਤੇ ਜਿਹੜਾ ਇਹ ਪਲਾਨ ਕਰ ਰਿਹਾ ਕਿ ਤੁਹਾਨੂੰ ਕਿੱਦਾਂ ਲੁੱਟਣਾ ਉਹਨੇ ਪੈਸਿਆਂ ਨਹੀਂ ਹੀ ਲੁੱਟਣਾ ਹੋਰ ਤਾਂ ਕਿਸੇ ਤਰ੍ਹਾਂ ਦੀ ਲੁੱਟ ਹੈ ਹੀ ਨਹੀਂ ਸਹੀ ਜਦ ਤੁਸੀਂ ਪੈਸੇ ਦੇਣਾ ਹੀ ਉਦੋਂ ਹੈ ਜਦੋਂ ਤੁਹਾਡੇ ਪਾਸਪੋਰਟ ਦੇ ਉੱਤੇ ਤੁਹਾਨੂੰ ਕੈਨੇਡਾ ਦਾ ਵੀਜ਼ਾ ਲੱਗਾ ਦਿਸ ਗਿਆ ਜੀ ਉਹ ਵੀਜ਼ਾ ਜਿਹੜਾ ਤੁਸੀਂ ਆਪ ਬਾਇਓਮੈਟ੍ਰਿਕ ਜਾ ਕੇ ਕਰਾਇਆ ਉਹ ਤੋਂ ਚਲੋ ਸਟਿੱਕਰ ਟੁਕਰ ਵੀ ਬੜੇ ਲੱਗਦੇ ਨੇ ਪੰਜਾਬ ਦੇ ਵਿੱਚ ਨਾ ਉਹ ਵੀਜ਼ਾ ਜਿਹੜਾ ਤੁਸੀਂ ਆਪ ਬਾਇਓਮੈਟ੍ਰਿਕ ਜਾ ਕੇ ਕਰਾਈ ਐਮਬੈਸੀ ਦੇ ਵਿੱਚ ਪਾਸਪੋਰਟ ਜਮ੍ਹਾਂ ਕਰਾਇਆ ਪਾਸਪੋਰਟ ਰਿਕੁਐਸਟ ਆਈ ਉਸ ਤੋਂ ਬਾਅਦ ਪਾਸਪੋਰਟ ਦੇ ਉੱਤੇ ਸਟਿੱਕਰ ਲੱਗ ਕੇ ਆ ਗਿਆ ਜਦੋਂ ਤੱਕ ਤੁਸੀਂ ਉਹ ਵੀਜ਼ਾ ਨਹੀਂ ਦੇਖ ਲੈਂਦੇ ਉਦੋਂ ਤੱਕ ਜਦੋਂ ਤੁਸੀਂ ਪੈਸੇ ਹੀ ਨਹੀਂ ਦਿਓਗੇ ਤਾਂ ਠੱਗੀ ਕਿੱਦਾਂ ਹੋਊਗੀ ਬਿਲਕੁਲ ਇਹੀ ਚੀਜ਼ بار 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 ਚਾਹੇ ओम ग्लोबल ਹੈ ਚਾਹੇ ਹੋਰ ਕੰਪਨੀਆਂ ਨੇ ਦੋ ਚਾਰ ਪੰਜਾਬ ਦੇ ਵਿੱਚ ਜਿਹੜੀਆਂ ਰੋਜ਼ ਕਹਿੰਦੀਆਂ ਅਖਬਾਰਾਂ ਦੇਖ ਲਓ ਟੀਵੀ ਦੇਖ ਲਓ ਫੇਸਬੁੱਕ ਦੇਖ ਲਓ ਕਿ ਪੈਸੇ ਤੁਸੀਂ ਉਦੋਂ ਦੇਣੇ ਆ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ ਜੀ ਜਦੋਂ ਤੱਕ ਤੁਹਾਡਾ ਵੀਜ਼ਾ ਨਹੀਂ ਲੱਗਦਾ ਕੋਈ ਐਮਬੈਸੀ ਫੀਸ ਨਹੀਂ ਕੋਈ ਪ੍ਰੋਸੈਸਿੰਗ ਫੀਸ ਨਹੀਂ ਕਿਸੇ ਕਾਲਜ ਦੀ ਐਪਲੀਕੇਸ਼ਨ ਫੀਸ ਨਹੀਂ ਕਾਲਜ ਨੂੰ ਫੀਸ ਨਹੀਂ ਭੇਜਣੀ ਕਿਤੇ ਕੋਈ ਪੈਸਾ ਨਹੀਂ ਭੇਜਣਾ ਤੁਸੀਂ ਫੇਰ ਠੱਗੀ ਕਿੱਦਾਂ ਹੋ ਜੂਗੀ ਬਿਲਕੁਲ ਇੱਕ ਹੋਰ ਠੱਗੀ ਜਿਹੜੀ ਉਹ ਸਾਹਮਣੇ ਆਈ ਸੀ ਮੈਂ ਤੁਹਾਨੂੰ ਉਹਦਾ ਜ਼ਿਕਰ ਕਰਨਾ ਚਾਹਾਂਗਾ ਤੁਸੀਂ ਭਲੀ ਭਾਂਤ ਜਾਣੂ ਹੋਵੋਗੇ ਬਹੁਤ ਸਾਰੇ ਇਸ਼ਤਿਹਾਰ ਇਦਾਂ ਦੇ ਛੱਪਦੇ ਆ ਜਾਂ ਕੰਧਾਂ ਉੱਪਰ ਲਗਾਏ ਹੁੰਦੇ ਪੋਸਟਰ ਜਿਹੜੇ ਆਪਾਂ ਪੰਜਾਬ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਉਹਦੇ ਵਿੱਚ ਕਿਹਾ ਜਾਂਦਾ ਕਿ ਸ਼ੁਰੂ ਵਿੱਚ ਤੁਸੀਂ ਸਿਰਫ 20000 ਰੁਪਇਆ ਦੇਣਾ ਬਾਕੀ ਸਾਰੇ ਪੈਸੇ ਤੁਹਾਡਾ ਵੀਜ਼ਾ ਲੱਗਣ ਤੋਂ ਬਾਅਦ 20000 ਰੁਪਇਆ ਲੈ ਕੇ ਅੰਦਰ ਕਰ ਲਿਆ ਫਾਰਮ ਭਰਿਆ ਨਹੀਂ ਭਰਿਆ ਅਪਲਾਈ ਕੀਤਾ ਨਹੀਂ ਕੀਤਾ ਕਿਉਂਕਿ ਉਹ ਠੱਗੀ ਜਿਹੜੀ 20000 ਦਾ ਰੋਲਾ ਘਟ ਪੈਂਦਾ ਇਸ ਤਰ੍ਹਾਂ ਦੀ ਛਗੀ ਵੀ ਹੋ ਰਹੀ ਹੈ ਉਹਦੇ ਬਾਰੇ ਥੋੜਾ ਜਾਣਕਾਰੀ ਦਿਓ ਜੀ ਦੇਖੋ ਅਮਨੀਰ ਜੀ ਬੜਾ ਸੋਖਾ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਕਈ ਇਸ਼ਤਿਹਾਰ ਇਦਾਂ ਦੇਨੇ ਹੁਣ ਜਿੱਦਾਂ ਫੀਸ ਆਫਟਰ ਵੀਜ਼ਾ ਤੇ ਵੀ ਲੋਕਾਂ ਨੂੰ ਟਰਸਟ ਕਿਉਂ ਨਹੀਂ ਹੁੰਦਾ ਉਹ ਕਹਿੰਦਾ ਕਹਿ ਦਿੰਦੇ ਆ ਫੀਸ ਆਫਟਰ ਵੀਜ਼ਾ ਜਦੋਂ ਇਹਨਾਂ ਦੇ ਆਫਿਸ ਪਹੁੰਚਦੇ ਆ ਉਦੋਂ ਇਹ 20000 ਮੰਗਦੇ ਆ 10000 ਮੰਗਦੇ ਆ ਔਰ ਸਟੂਡੈਂਟ ਮੰਨ ਲਓ ਜਿਹੜਾ ਬਠਿੰਡਿਓ ਬਰਨਾਲਿਓ ਤੁਰ ਕੇ ਚੰਡੀਗੜ੍ਹ ਪਹੁੰਚਿਆ ਉਹ ਕਹਿੰਦਾ ਐਡੀ ਦੂਰ ਆਇਆ ਵਾਂ ਗੱਲ ਮੈਨੂੰ ਇਹਨਾਂ ਦੀ ਸਮਝ ਲੱਗਦੀ ਹੈ ਜੀ ਚਲੋ 20000 ਹੀ ਮੰਗਦਾ ਪਿਆ 20000 ਦੇ ਦਿੰਨਾ ਰੋਜ ਦਾ ਇੱਕ ਬੱਚਾ ਵੀ 20000 ਆ ਕੇ ਦੇਈ ਜਾਵੇ ਚੱਢੀਗੜ ਵਾਲੇ ਦਫ਼ਤਰ ਵਾਲੇ ਨੂੰ ਤਾਂ ਤੁਸੀਂ ਹਿਸਾਬ ਲਾ ਲਓ ਕਿ ਕਿੱਥੇ ਪਹੁੰਚ ਜਾਂਦੀ ਬਾਣੀ ਔਰ ਜਦੋਂ 20000 ਤੁਸੀਂ ਦੇ ਦਿੱਤਾ ਉਸ ਤੋਂ ਬਾਅਦ ਤੁਹਾਡਾ ਪ੍ਰੋਸੈਸ ਹੋ ਰਿਹਾ ਨਹੀਂ ਹੋ ਰਿਹਾ ਕਿੰਨੇ ਕ ਗੇੜੇ ਤੁਸੀਂ ਬਟੰਡਿਓ ਮਾਰ ਲੋਗੇ ਚੱਢੀਗੜ ਦੇ ਉਸ 20000 ਪਿੱਛੇ ਕਿਉਂਕਿ ਜਿੱਦਨ ਆਣਾ ਪੈਸੇ ਮੰਗਣ ਆਣਾ ਜਾਂ ਫਾਈਲ ਲਵਾਣ ਆਣਾ ਕੋਈ ਵੀ ਕੰਮ ਕਰਨ ਆਣਾ ਉਸ ਦਿਨ ਦੀ ਉਹ ਦਿਹਾੜੀ ਗਈ ਬਿਲਕੁਲ 3-4 ਘੰਟੇ ਤੁਹਾਡੇ ਆਣ ਦੇ ਲੱਗ ਜਾਣੇ 3-4 ਘੰਟੇ ਜਾਣ ਦੇ ਲੱਗ ਜਾਣੇ ਫਿਰ ਜਦੋਂ ਤੁਸੀਂ 20000 ਜਦੀ ਦੇਰ ਤੱਕ ਤਾਂ ਨਹੀਂ ਦਿੱਤਾ ਉਨੀ ਦੇਰ ਤੱਕ ਤਾਂ ਤੁਸੀਂ ਪ੍ਰਾਇੋਰਟੀ ਦਿਓ ਦਫਤਰ ਪਹੁੰਚੋ ਆਂਦੇ ਹੀ ਤੁਹਾਨੂੰ ਚਾਹ ਪਾਣੀ ਵੀ ਪੁੱਛਿਆ ਜਾਂਦਾ ਮਿਲਿਆ ਵੀ ਜਾਂਦਾ ਜਦੋਂ ਜਿੱਦਨ ਤੁਸੀਂ ਉਹ 20000 ਦਿੱਤਾ ਉਸ ਤੋਂ ਇਨ ਤੋਂ ਬਾਅਦ ਤੁਸੀਂ ਵੇਟਿੰਗ ਲਾਈਨ 'ਚ ਬੈਠੇ ਹੋਰ ਤੁਹਾਡੀ ਵਾਰੀ ਨਹੀਂ ਆਣੀ ਸਹੀ ਤੁਹਾਡੀ ਵਾਰੀ ਉਦੋਂ ਆਣੀ ਹੈ ਜਿੰਨੀ ਜਦੋਂ ਤੱਕ ਉਹ 20000 ਵਾਲੇ ਹਜੇ ਦੇਈ ਜਾਂਦੇ ਉਨੀ ਦੇਰ ਤੱਕ ਤੁਹਾਡੀ ਵਾਰੀ ਨਹੀਂ ਆਣੀ ਵਾਰੀ ਉਦੋਂ ਆਣੀ ਹੈ ਜਦੋਂ ਉਹ ਮੁੱਕ ਗਏ ਕਿ ਹੁਣ ਯਾਰ ਇਹਦੀ ਗੱਲ ਵੀ ਸੁਣ ਲਈ ਬਿਲਕੁਲ ਸਹੀ ਸੋ 20000 10000 15000 ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਜੇ ਪਹਿਲਾਂ ਲੱਗ ਰਿਹਾ ਇਹਦਾ ਮਤਲਬ ਤੁਸੀਂ ਆਪ ਜ਼ਿੰਮੇਵਾਰ ਹੋਣ ਲੱਗਿਓ ਹੁਣ ਨਾ ਠੱਗੀ ਕਰਾਂਦੇ ਤੁਸੀਂ ਰਿਸਪਾਂਸਿਬਲ ਹੋ ਆਪਣੇ ਉਸ ਪੈਸੇ ਆ ਦੇ ਤੁਸੀਂ ਕੱਲ ਨੂੰ ਕਿਸੇ ਦਾ ਕਸੂਰ ਨਹੀਂ ਕੱਢਣਾ ਕਿ ਫਲਾਨੇ ਏਜੰਟ ਨੇ ਮੇਰੇ ਤੋਂ ਠੱਗੀ ਕਰ ਲਈ ਹੁਣ ਮੈਂ ਐਸਐਸਪੀ ਨੂੰ ਦਰਖਾਸਤ ਦਊਂਗਾ ਹੁਣ ਮੈਂ ਇਹ ਕਰੂੰਗਾ ਉਹ ਕਰੂੰਗਾ ਪਹਿਲਾਂ ਹੀ ਬਚਾਅ ਕਰ ਲੋ ਆਪਣਾ ਕਿਹਦੇ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਕਿ ਜਦ ਪਤਾ ਕਿ ਇਹ ਚੀਜ਼ ਹੋਣੀ ਹੈ ਫਿਰ ਆਪਾਂ ਉਸ ਰਾਹ ਤੇ ਕਿਉਂ ਤੁਰਦੇ ਆ ਫਿਰ ਆਪਾਂ ਕਿਉਂ ਉਸ ਚੀਜ਼ ਨੂੰ ਆਪ ਹੀ ਸੱਦਾ ਦਿੰਨੇ ਆ ਫਿਰ ਤਾਂ ਕਿ ਅਸੀਂ ਕੱਲ ਨੂੰ ਕਿਸੇ ਨੂੰ ਚੰਗਾ ਮਾੜਾ ਕਹੀਏ ਉਹਦੇ ਘਰ ਗੇੜੇ ਮਾਰੀ ਉਹਦੇ ਦਫ਼ਤਰ ਗੇੜੇ ਮਾਰੀਏ ਪੈਸੇ ਕਿਸੇ ਦੀ ਜੇਬ ਚੋਂ ਕਢਾਣੇ ਵਾਪਸ ਬੜੇ ਓਕੇ ਆ ਜੀ ਇਸ ਲਈ ਪਹਿਲਾਂ ਪੈਸੇ ਦਿਓਗੇ ਦੇ ਛੱਗੀ ਦੇ ਸ਼ਿਕਾਰ ਹੋਊਗੇ ਜੀ ਹੁਣ ਬਹੁਤ ਸਾਰੇ ਸਾਡੇ ਦਰਸ਼ਕਾਂ ਦੇ ਮਨਾਂ ਦੇ ਵਿੱਚ ਸਵਾਲ ਵੀ ਹੋਣਗੇ ਉਹ ਤੁਹਾਡੇ ਨਾਲ ਸਿੱਧਾ ਸੰਪਰਕ ਵੀ ਸਥਾਪਿਤ ਕਰਨਾ ਚਾਹੁੰਦੇ ਹੋਣਗੇ ਕਿਦਾਂ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਕਿ ਅਵੇਰਨੈਸ ਜਿਹੜੀ ਇਹਨਾਂ ਨੂੰ ਮਿਲ ਸਕੇ ਇਹਦੇ ਬਾਰੇ ਅਮਨੀ ਜੀ ਜਲੰਧਰ ਕਾਲ ਸੈਂਟਰ ਦਾ ਨੰਬਰ ਹੈਗਾ 9916199167 ਇਹ ਇੰਡੀਆ ਦੇ ਵਿੱਚ ਤੁਸੀਂ ਕਿਤੋਂ ਵੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਇਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਆਪਣੀ ਅਪਾਇੰਟਮੈਂਟ ਬਣਾਓ ਬ੍ਰਾਂਚੇਸ ਦੇ ਵਿੱਚ ਵਿਜ਼ਿਟ ਕਰੋ ਜਲੰਧਰ ਚੰਡੀਗੜ੍ਹ ਅੰਮ੍ਰਿਤਸਰ ਕਰਨਾਲ ਯਮੁਨਾ ਨਗਰ ਹਰ ਬ੍ਰਾਂਚ ਦੇ ਵਿੱਚ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਕਿਸੇ ਵੀ ਬ੍ਰਾਂਚ ਤੁਹਾਡੇ ਤੋਂ ਕੋਈ ਪੈਸਾ ਪਹਿਲਾਂ ਮੰਗਿਆ ਜਾਂਦਾ ਹੈ ਤੇ ਤੁਸੀਂ ਮੈਨੂੰ ਫੋਨ ਕਰਕੇ ਦੱਸ ਸਕਦੇ ਹੋ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਈਮੇਲ ਕਰਕੇ ਦੱਸ ਸਕਦੇ ਹੋ ਮੇਰਾ ਈਮੇਲ ਆਈਡੀ ਹੈ punit@omglobal.com ਕੋਈ ਵੀ ਪੈਸਾ ਤੁਹਾਡੇ ਤੋਂ ਪਹਿਲਾਂ ਸਪੈਲਿੰਗ ਜਰੂਰ ਕਰਦੇ ਉਹ ਬਹੁਤ ਲਿਖਿਆ ਲੱਗਦਾ ਜੀ aumglobal.com ਜੀ ਨਹੀਂ ਤਾਂ 9216192167 ਤੇ ਫੋਨ ਕਰ ਲਓ ਅਗਲੇ ਕੁਝ ਦਿਨ ਮੈਂ ਕੈਨੇਡਾ ਵਾ ਤੁਸੀਂ ਕੈਨੇਡਾ ਦੇ ਨੰਬਰ ਤੇ ਮੈਨੂੰ ਕੰਟੈਕਟ ਕਰ ਸਕਦੇ ਹੋ 2899362576 ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਮੇਰੀ ਕਿਸੇ ব্রাঞ্চ ਤੋਂ ਸਰਵਿਸ ਨਹੀਂ ਮਿਲਦੀ ਜਾਂ ਪੈਸੇ ਮੰਗੇ ਜਾਂਦੇ ਆ ਉਹਦੀ ਮੇਰੇ ਨਾਲ ਫੋਨ ਤੇ ਗੱਲ ਕਰਾ ਦਿਓ ਕਿ ਭਾਈ ਇਹ ਬੰਦਾ ਤੁਹਾਡੀ ব্রাঞ্চ ਸਾਡੇ ਤੋਂ ਪੈਸੇ ਮੰਗ ਰਿਹਾ ਪਹਿਲਾਂ ਠੀਕ ਹੈ ਜੀ ਪੁਨੀਜੀ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਪ੍ਰਾਈਮ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਪਨੀਤ ਜੀ ਜਦੋਂ ਠੱਗੀਆਂ ਦੀ ਗੱਲ ਕਰਦੇ ਆ ਠੱਗੀ ਛੋਟੀ ਤੋਂ ਲੈ ਕੇ ਵੱਡੇ ਹਰੇਕ ਤਰ੍ਹਾਂ ਦੀ ਹੁੰਦੀ ਹੈ ਖਾਸ ਕਰਕੇ ਵਿਦੇਸ਼ ਭੇਜਣ ਦੇ ਨਾਂ ਤੇ ਉੱਪਰ ਕੁਝ ਇਦਾਂ ਤਰ੍ਹਾਂ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ ਜਿਨ੍ਹਾਂ ਨੇ ਸਿਰਫ ਇੱਕ ਰਸੀਦ ਬੁੱਕ ਰੱਖੀ ਹੁੰਦੀ ਹੈ ਜਦੋਂ ਉਹਨਾਂ ਕੋਲ ਕੋਈ ਜਾਂਦਾ ਕਹਿੰਦੇ ਤੂੰ 500 ਦੀ ਰਸੀਦ ਕਟਾ ਉਸ ਤੋਂ ਬਾਅਦ ਅਸੀਂ ਦੇਖਦੇ ਤਰ੍ਹਾਂ ਕੇਸ ਕਿਸ ਤਰ੍ਹਾਂ ਲੱਗ ਸਕਦਾ ਕਿਹੜੀ ਕੈਟਾਗਰੀ ਵਿੱਚ ਲੱਗ ਸਕਦਾ ਇਹੜਾ 500 ਰੁਪਏ ਦੀ ਪਰਚੀ ਉਹ ਪੀਲੇ ਰੰਗ ਦੀ ਫੜਾਉਂਦੇ ਆ ਲਾਲ ਰੰਗ ਦੀ ਜਾਂ ਗੁਲਾਬੀ ਰੰਗ ਦੀ ਇਹ ਕੀ ਕਿਸ ਤਰ੍ਹਾਂ ਦੀ ਠੱਗੀ ਹੈ ਜ ਦੇਖੋ 500 ਰੁਪਏ ਦੀ ਆ ਰਸੀਦ ਜਾਂ ਕਈ ਲੋਕਾਂ ਨੇ ਮਿਲਣ ਦੇ ਪੈਸੇ ਰੱਖ ਲਏ ਆ ਜੀ ਮੈਂ 2-4 ਜੇਡ ਜਾਣਦਾ ਵਾ ਜਿਹੜੇ ਕਹਿੰਦੇ ਕਿ ਜੇ ਤੁਸੀਂ ਸਾਨੂੰ ਮਿਲਣਾ ਤੇ ਉਸ ਤੋਂ ਬਾਅਦ ਸਾਨੂੰ ਪੈਸੇ ਦਿਓ 1000 ਰੁਪਏ 1500 ਰੁਪਏ ਮਿਲਣ ਦੇ ਪੈਸੇ ਰੱਖ ਲੇ ਜੀ ਅਲਟੀਮੇਟਲੀ ਇੱਕ ਗੱਲ ਸਮਝ ਲਓ ਕਿ ਤੁਸੀਂ ਜੇ ਕਿਸੇ ਤੋਂ ਵੀ ਆਪਣਾ ਵੀਜ਼ਾ ਲਵਾਣਿਓ ਚਾਹੇ ਮੇਰੇ ਤੋਂ ਲਵਾਣਿਓ ਚਾਹੇ ਕਿਸੇ ਤੋਂ ਵੀ ਲਵਾਣਿਓ ਤੁਸੀਂ ਇੱਕ ਕਸਟਮਰ ਹੋ ਜੀ ਤੁਸੀਂ ਉਸ ਬੰਦੇ ਨੂੰ ਪੈਸੇ ਦਿੰਨੇ ਹੋ ਉਹਦੀ ਦੁਕਾਨਦਾਰੀ ਉਹਦਾ ਘਰ ਉਹਨਾਂ ਪੈਸੇ ਨਾਲ ਚੱਲਦਾ ਜਿਹੜੇ ਤੁਸੀਂ ਉਹਨੂੰ ਪੈਸੇ ਦਿੰਨੇ ਹੋ ਸੋ ਜਿੰਨੀ ਲੋੜ ਤੁਹਾਨੂੰ ਉਸ ਕੰਸਲਟੈਂਟ ਦੀ ਬਾਹਰ ਜਾਣ ਲਈ ਹੈ ਉੰਨੀ ਹੀ ਲੋੜ ਉਸ ਕੰਸਲਟੈਂਟ ਨੂੰ ਵੀ ਤੁਹਾਡੀ ਹੈ ਬਿਲਕੁਲ ਸਹੀ ਜਿਸ ਦਿਨ ਤੁਸੀਂ ਏਜੰਟ ਦਾ ਬਾਇਕਾਟ ਕਰ ਦੋਗੇ ਜਨਤਾ ਕਹੇ ਨਹੀਂ ਜੀ ਇਹੀ ਇਹਦੇ ਕੋਲ ਨਹੀਂ ਜਾਣਾ ਇਹਦੇ ਕੋਲ ਰਿਜ਼ਲਟ ਨਹੀਂ ਹੈਗਾ ਉਸ ਦਿਨ ਉਹਦਾ ਵਪਾਰ ਬੰਦ ਹੋ ਜਾਊਗਾ ਉਸ ਦਿਨ ਉਹਦਾ ਕੰਮ ਬੰਦ ਹੋ ਜਾਊਗਾ ਸੋ ਅੱਜ ਜਿਹੜਾ ਬੰਦਾ ਮਿਲਣ ਦੇ ਪੈਸੇ ਲਈ ਜਾਂਦਾ ਤੁਹਾਡੇ ਤੋਂ ਉਹ ਕੱਲ ਵਾਜਾ ਮਾਰ ਮਾਰ ਘਰ ਆ ਆ ਕੇ ਕਹੂਗਾ ਕਿ ਮੈਨੂੰ ਕਾਗਜ ਦਿਖਾ ਦਿਓ ਮੈਂ ਤੁਹਾਡਾ ਵੀਜ਼ਾ ਅਪਲਾਈ ਕਰ ਦਿੰਦਾ ਸਹੀ ਸੋ ਜਿਹੜੀ ਪਰਚੀ ਦੀ ਗੱਲ ਹੈ ਕਿ ਰਸੀਦ ਕੱਟਣ ਵਾਲੀ ਗੱਲ ਹੈ ਉਪਰਤੀਆਂ ਛਾਪੜੀਆਂ ਬਹੁਤ ਸੌਖੀਆਂ ਲੋਕੀ ਬੈਠੇ ਉੱਥੇ ਆਫਰ ਲੈਟਰ ਆ ਲੈਟਰ ਆਫ ਅਸੈਪਟੈਂਸ ਕਾਲਜਾਂ ਦੀ ਛਾਪ-ਛਾਪ ਦੇਈ ਜਾਂਦੇ ਆ ਕਿ ਆ ਦੇਖ ਆ ਤੇਰੀ ਆਫਰ ਲੈਟਰ ਆ ਗਈ ਆ ਦੇਖ ਤੇਰੀ ਸੀਓਈ ਆ ਗਈ ਕਿਸੇ ਵੀ ਬੱਚੇ ਨੂੰ ਕਿਸੇ ਵੀ ਸਟੂਡੈਂਟ ਨੂੰ ਤੁਹਾਨੂੰ ਜੇ ਕਿਸੇ ਏਜੰਟ ਤੋਂ ਆਫਰ ਲੈਟਰ ਮਿਲਦੀ ਹੈ ਜਾਂ ਲੈਟਰ ਆਫ ਅਸੈਪਟੈਂਸ ਮਿਲਦੀ ਹੈ ਜੇ ਤੁਸੀਂ ਕੋਈ ਪੈਸਾ ਦੇ ਹੀ ਚੁੱਕੇ ਹੋ ਆਲਰੇਡੀ ਉਹਨੂੰ ਵੈਰੀਫਾਈ ਕਰ ਲਓ ਕਾਲਜ ਦੀ ਈਮੇਲ ਆਈਡੀ ਹਰ ਵੈਬਸਾਈਟ ਦੇ ਉੱਤੇ ਹੁੰਦੀ ਹੈ ਜੀ ਆਨਲਾਈਨ ਜਾਓ ਜਾ ਕੇ ਕਾਲਜ ਦਾ ਨਾਮ ਪਾ ਕੇ ਸਰਚ ਕਰ ਲਓ ਤੁਹਾਨੂੰ ਉਹਦੀ ਈਮੇਲ ਆਈਡੀ ਮਿਲ ਜੂਗੀ ਉਹਨਾਂ ਨੂੰ ਮੇਲ ਪਾ ਕੇ ਇਹਨਾਂ ਪੁੱਛ ਲਓ ਕਿ ਆਫਰ ਲੈਟਰ ਤੁਸੀਂ ਇਸ਼ੂ ਕੀਤੀ ਹੈ ਇਹ ਲੈਟਰ ਆਫ ਅਸੈਪਟੈਂਸ ਤੁਸੀਂ ਇਸ਼ੂ ਕੀਤੀ ਹੈ ਜੇ ਤੁਹਾਨੂੰ ਕਾਲਜ ਨੇ ਉਹ ਲੈਟਰ ਆਫ ਅਸੈਪਟੈਂਸ ਦਿੱਤੀ ਆਫਰ ਲੈਟਰ ਦਿੱਤੀ ਫਿਰ ਅੱਗੇ ਪ੍ਰੋਸੀਡ ਕਰੋ ਬਿਨਾਂ ਦੇਖੇ ਬਿਨਾਂ ਸੋਚੇ ਕਿ ਹਾਂ ਆਛਾ ਆਪਕੇ ਦੇਤੀ ਰੈਗੂਲਰ ਕੈਨੇਡਾ ਦੇ ਵਿੱਚ ਮੈਂ ਇੱਕ ਕਾਨਫਰੰਸ ਅਟੈਂਡ ਕਰ ਲਿਆ ਸੀ ਕਰ ਰਿਹਾ ਸੀ ਇਮੀਗ੍ਰੇਸ਼ਨ ਵੱਲੋਂ ਉਹ ਚ ਉਹਨਾਂ ਨੇ ਦੱਸਿਆ ਕਿ ਇੰਡੀਆ ਤੋਂ ਜਨੀਆ ਲੈਟਰ ਆਫ ਅਸੈਪਟੈਂਸ ਐਮਬੈਸੀ ਚ ਅਪਲਾਈ ਹੁੰਦੀਆਂ ਉਹ 9% फ्रॉड ਨੇ ਉਹਦੇ ਵਿੱਚ ਅੱਛਾ ਜੀ ਸੋ ਮਤਲਬ ਹਰ 100 ਦੇ ਪਿੱਛੇ 9 ਲੈਟਰ ਆਫ ਰਿਸੈਪਟੈਂਸ ਇਦਾਂ ਦੀਆਂ ਆ ਜਿਹੜੀਆਂ ਕਾਲਜ ਨੇ ਇਸ਼ੂ ਹੀ ਨਹੀਂ ਕੀਤੀਆਂ ਤੁਹਾਡੇ ਏਜੰਟ ਦੇ ਕੰਸਲਟੈਂਟ ਨੇ ਆਪਣੇ ਘਰੇ ਹੀ ਬਣਾ ਕੇ ਛਾਪ ਕੇ ਤੇ ਤੁਹਾਡਾ ਐਮਬੈਸੀ ਚ ਵੀਜ਼ਾ ਅਪਲਾਈ ਕਰਤਾ ਲੱਗ ਗਿਆ ਤਾਂ ਬਹੁਤ ਵਧੀਆ ਨਹੀਂ ਲੱਗਾ ਤਾਂ ਤੁਹਾਡੀ ਕਿਸਮਤ ਉਹਦਾ ਕੁਝ ਨਹੀਂ ਜਾਂਦਾ ਜੀ ਬਿਲਕੁਲ ਸਹੀ ਅੱਛਾ ਇੱਕ ਹੋਰ ਨਵਿਕਲੀ ਤਰ੍ਹਾਂ ਦੀ ਠੱਗੀ ਜਿਹੜੀ ਹੈ ਇਹ ਕੰਸਲਟੈਂਟ ਵੱਲੋਂ ਨਹੀਂ ਹੈ ਇਹ ਕੁਝ ਪਰਿਵਾਰਾਂ ਵੱਲੋਂ ਹੋ ਰਹੀ ਹੈ ਤੇ ਕਿਉਂਕਿ ਮੈਨੂੰ ਇੱਕ ਕਾਲ ਆਈ ਜਿਹੜੀ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਗਾ ਮੈਨੂੰ ਪਤਾ ਨਹੀਂ ਵੀ ਤੁਸੀਂ ਉਹਦਾ ਜਵਾਬ ਦੇਣਾ ਪਸੰਦ ਕਰੋਗੇ ਜਾਂ ਨਹੀਂ ਕਰੋਗੇ ਆਪਾਂ ਜਾਣਦੇ ਹਾਂ ਕਿ ਕੁੜੀਆਂ ਜਿਹੜੀਆਂ ਪੜਨ ਦੇ ਵਿੱਚ ਲਾਇਕ ਹੁੰਦੀਆਂ ਨੇ ਜੀ ਤੇ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਆ ਪੰਜਾਬ ਵਿੱਚ ਜਿਨ੍ਹਾਂ ਨੂੰ ਆਪਣੇ ਮੁੰਡਿਆਂ ਬਾਰੇ ਪਤਾ ਵੀ ਇਹ ਨਲਾਇਕ ਲੋ ਆਇਲਸ ਤੇ ਕਦੀ ਵੀ ਨਹੀਂ ਹੋਣੀ ਠੀਕ ਹੈ ਫਿਰ ਉਹ ਇਸ ਤਰ੍ਹਾਂ ਦੀ ਕੁੜੀ ਲੱਭਦੇ ਆ ਵੀ ਜਿਹੜੀ ਲਾਇਕ ਹੋਵੇ ਪੜੀ ਲਿਖੀ ਹੋਵੇ ਜਿਹੜੇ ਆਇਲਸ ਕਰ ਲੇ ਫਿਰ ਮੁੰਡੇ ਦੇ ਮਾਪੇ ਜਿਹੜੇ ਆ ਉਹ ਪੈਸੇ ਲਾ ਕੇ ਕੁੜੀ ਨੂੰ ਭੇਜ ਦਿੰਦੇ ਆ ਵੀ ਤੂੰ ਐਲਸਕਾਰ ਉੱਥੇ ਪਹੁੰਚ ਉੱਥੇ ਪੜ ਤੇ ਬਾਅਦ ਸਾਡੇ ਮੁੰਡੇ ਸਦਨੀ ਤੇ ਬਹੁਤੀ ਵਾਰ ਕੁੜੀਆਂ ਆ ਦੇ ਚ ਮੁਕਰ ਜਾਂਦੀਆਂ ਨੇ ਇਹ ਵੀ ਇੱਕ ਅਜੀਬ ਤਰ੍ਹਾਂ ਦੀ ਠਗੀ ਜਿਹੜੀ ਸ਼ੁਰੂ ਹੋਈ ਹੈ। ਇਹ ਤਾਂ ਬੜਾ ਸੌਖਾ ਕੰਮ ਹੈ ਜੀ ਅਖਬਾਰ ਚੁੱਕ ਲਓ ਅੱਜ ਕੋਈ ਵੀ ਪੰਜਾਬ ਦੇ ਵਿੱਚ ਜਿਹੜੀ ਵੀ ਅਖਬਾਰ ਚੁੱਕ ਲਓ ਤੁਸੀਂ ਅਖਬਾਰਾਂ 'ਚ ਐਡ ਹੈ ਕਿ 6 ਬੈਡ ਕੀਤੀ ਕੁੜੀ ਚਾਹੀਦੀ ਹੈ। ਗ੍ਰੈਜੂਏਟ ਆਇਲਸ ਕੀਤੀ ਕੁੜੀ ਚਾਹੀਦੀ ਹੈ ਜਾਂ ਆਇਲਸ ਕਰ ਰਹੀ ਕੁੜੀ ਚਾਹੀਦੀ ਹੈ। ਖਰਚਾ ਸਾਰਾ ਮੁੰਡੇ ਵੱਲੋਂ। ਸੋ ਇਹ ਤਾਂ ਬੜਾ ਪੁਰਾਣਾ ਚੱਲਦਾ ਆ ਰਿਹਾ। ਇਸੇ ਗੱਲ ਕਰਕੇ ਅੱਜ ਦੀ ਡੇਟ 'ਚ ਜੇ ਆਸਟ੍ਰੇਲੀਆ ਦੀ ਗੱਲ ਕਰ ਲਈਏ ਤਾਂ ਆਸਟ੍ਰੇਲੀਅਨ ਯੂਨੀਵਰਸਿਟੀਆਂ ਨੇ ਟਾਈਮ ਡਿਊਰੇਸ਼ਨ ਰੱਖਤੀ ਕਿ ਜੇ ਕਿਸੇ ਨੇ ਹਸਬੰਡ ਵਾਈਫ ਨੇ ਜਾਣਾ ਤਾਂ ਉਹਨਾਂ ਦਾ ਵਿਆਹ ਸਾਲ ਪੁਰਾਣਾ ਹੋਣਾ ਚਾਹੀਦਾ 2 ਸਾਲ ਪੁਰਾਣਾ ਹੋਣਾ ਚਾਹੀਦਾ ਰੀਸੈਂਟ ਵਿਆਹ ਵਾਲਿਆਂ ਨੂੰ ਐਡਮਿਸ਼ਨ ਦੇ ਕੇ ਨਹੀਂ ਰਾਜੀ ਹੈਗੀਆਂ ਮੋਸਟ ਆਫ ਦੀ ਯੂਨੀਵਰਸਿਟੀ ਜੀ ਕੈਨੇਡਾ ਦੀ ਗੱਲ ਕਰ ਲਈਏ ਕਿਤੇ ਵੀ ਕੈਨੇਡਾ ਦੇ ਰੂਲ ਬੁੱਕ 'ਚ ਇਹ ਨਹੀਂ ਲਿਖਿਆ ਕਿ ਹਸਬੰਡ ਵਾਈਫ ਇਕੱਠੇ ਨਹੀਂ ਆ ਸਕਦੇ ਪਰ ਕਦੀ ਵੀਜ਼ਾ ਨਹੀਂ ਲੱਗਦਾ ਤੁਸੀਂ ਅਪਲਾਈ ਕਰਕੇ ਦੇਖ ਲਓ ਬਹੁਤ ਸਾਰੇ ਲੋਕਾਂ ਨੇ ਪੰਜਾਬ 'ਚ ਰੋਲਾ ਪਾ ਕੇ ਦੇਖ ਲਿਆ ਜੀ ਇਕੱਠੇ ਭੇਜਾਂਗੇ ਇਕੱਠੇ ਭੇਜਾਂਗੇ ਮੈਨੂੰ ਨਹੀਂ ਲੱਗਦਾ ਕਿਸੇ ਦਾ ਇੱਕ ਵੀਜ਼ਾ ਵੀ ਹਸਬੰਡ ਵਾਈਫ ਦਾ ਇਕੱਠੇ ਆਇਆ ਹੋਊਗਾ ਹੁਣ ਚੱਲਦਾ ਕੀ ਹੈ ਕਿ ਜੇ ਕੈਨੇਡਾ ਜਾਣਾ ਇਹੀ ਐਡ ਤੁਹਾਡੀ ਚੱਲ ਰਹੀ ਹੈ ਮੁੰਡਾ ਆਇਲਸ ਕਰ ਨਹੀਂ ਸਕਦਾ ਮੁੰਡੇ ਨੇ ਪੈਸੇ ਖਰਚਣੇ ਆ ਤੇ ਕੁੜੀ ਵਾਲਿਆਂ ਨੇ ਆਇਲਸ ਕਰਾ ਕੇ ਦੇ ਦੇਣੀ ਉਹ ਕੁੜੀ ਦਾ ਵੀਜ਼ਾ ਲੱਗ ਗਿਆ ਕੁੜੀ ਇੱਥੇ ਆ ਗਈ ਹੁਣ ਮੁੰਡੇ ਨੇ 6 ਮਹੀਨੇ ਬਾਅਦ ਉਥੋਂ ਦੀ ਵੀਜ਼ਾ ਅਪਲਾਈ ਹੋਣਾ 6 ਮਹੀਨੇ ਬਾਅਦ ਅਪਲਾਈ ਹੋਣਾ ਔਰ ਉਸ ਤੋਂ ਬਾਅਦ 4-6 ਮਹੀਨੇ ਹੋਰ ਲੱਗਣੇ 1 ਸਾਲ ਦਾ ਪ੍ਰੋਸੈਸ ਆ ਹੁਣ ਜਦੋਂ 1 ਸਾਲ ਦਾ ਪ੍ਰੋਸੈਸ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਕੁੜੀ ਕੈਨੇਡਾ ਪਹੁੰਚ ਗਈ ਕੁੜੀ ਨੇ ਇੱਥੇ ਦਾ ਕਲਚਰ ਦੇਖਣਾ ਸ਼ੁਰੂ ਕਰਤਾ ਇੱਥੇ ਦੇ ਤੌਰ ਤਰੀਕੇ ਚ ਆ ਗਈ ਅਗਲੀ ਕਈ ਵਾਰੀ ਸੋਚਦੀ ਆ ਕਿ ਮੈਂ ਆਇਲਸ ਕੀਤੀ ਆ ਮੈਂ ਗ੍ਰੈਜੂਏਟ ਸੀ ਸਾਢੇ 6 ਬੈਂਡ ਹੈ ਚੰਗੇ ਕਾਲਜ ਯੂਨੀਵਰਸਿਟੀ ਚ ਪੜ੍ਹਦੀ ਪਈ ਆ ਜਿਹੜੇ ਪੈਸੇ ਉਹਨਾਂ ਸੇ ਲਾਣੇ ਸੀ ਲਾਰਤੇ ਹੁਣ ਤਾਂ ਮੈਂ ਇੱਥੇ ਕਮਾਵਾਂਗੀ ਤਾਂ ਆਪਣੀ ਫੀਸ ਦੇ ਦਾਂਗੀ ਤੇ ਮੈਂ ਉਸ ਅਨਪੜ ਮੁੰਡੇ ਨਾਲ ਹੁਣ ਵਾਪਸ ਜਾ ਕੇ ਵਿਆਹ ਕਿਉ ਕਰਾਂ ਮ ਜਿੱਤੋਂ ਆਇਲਸ ਦੇ ਪੰਜ ਬੈਂਡ ਨਹੀਂ ਸੀ ਲੱਤੇ ਜਾਂਦੇ ਬਿਲਕੁਲ ਸਹੀ ਠੀਕ ਹੈ ਬਹੁਤ ਸਾਰੇ ਰਿਸ਼ਤੇ ਇਦਾਂ ਹੁੰਦੇ ਆ ਔਰ ਪੁੱਗਦੇ ਵੀ ਆ ਔਰ ਚੱਲਦੇ ਵੀ ਆ ਪਰ ਅਲਟੀਮੇਟਲੀ ਇਹ ਸਾਰੀਆਂ ਕੰਪਲੇਂਟਾਂ ਰੈਗੂਲਰਲੀ ਉੱਥੇ ਕਿਤੇ ਨਾ ਕਿਤੇ ਅਖਬਾਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਆ ਕਿ ਘਰਦਿਆਂ ਨੇ ਪੈਸੇ ਲੈ ਲੇ ਕੁੜੀ ਉੱਥੇ ਪਹੁੰਚ ਗਈ ਉਸ ਤੋਂ ਬਾਅਦ ਉਹ ਮੁੰਡੇ ਵਾਲੇ ਉਹਦੇ ਕੁੜੀ ਦੇ ਘਰਦਿਆਂ ਨੂੰ ਵੀ ਜਦੋਂ ਅਪਰੋਚ ਕਰਦੇ ਆ ਉਹ ਤਾਂ ਸਿੱਧਾ ਹੀ ਕਹਿੰਦੇ ਸਾਡੀ ਕੁੜੀ ਤਾਂ ਸਾਡੇ ਨਾਲ ਗੱਲ ਹੀ ਨਹੀਂ ਕਰਦੀ ਉੱਥੇ ਪਹੁੰਚ ਕੇ ਤੁਹਾਡਾ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੈਗਾ ਸੋ ਅਲਟੀਮੇਟਲੀ ਬਾਹਰ ਜਾਣਾ ਜਾਂ ਬਾਹਰ ਜਾਣ ਬਾਰੇ ਸੋਚਣਾ ਚਾਹੇ ਉਹ ਪੜ੍ਹਾਈ ਦੇ ਤੌਰ ਤੇ ਚਾਹੇ ਵਿਜ਼ਿਟਰ ਹੈ ਬਹੁਤ ਵਧੀਆ ਗੱਲ ਹੈ ਜਰੂਰ ਸੋਚਣਾ ਚਾਹੀਦਾ ਇੱਕ ਚੰਗੇ ਭੂ ਵਿਖ ਲਈ ਮੈਂ ਕੁਝ ਸਾਲ ਪਹਿਲਾਂ ਜਦੋਂ ਪਹਿਲੀ ਵਾਰ ਕੈਨੇਡਾ ਆਉਣਾ ਸੀਗਾ ਤੇ ਮੈਨੂੰ ਕਿਸੇ ਮੇਰੇ ਮਿੱਤਰ ਨੇ ਭੇਜੀ ਸਪਾਂਸਰਸ਼ਿਪ ਹੈ ਜੀ ਤੇ ਮੈਂ ਲੈ ਕੇ ਚਲ ਗਿਆ ਚਲੋ ਵੀ ਫਸਟ ਟਾਈਮ ਅਪਲਾਈ ਕਰਨਾ ਤੁਹਾਡੇ ਸੁਣਨ ਵਾਲੀ ਗੱਲ ਹੈ ਜੀ ਬਿਲਕੁਲ ਉਹ ਮੈਨੂੰ ਕਹਿੰਦੇ ਜੀ ਆ ਸਾਡੀ ਚੈਕਲਿਸਟ ਹੈਗੀ ਆ ਆ ਤੁਸੀਂ ਸਾਰੇ ਡਾਕੂਮੈਂਟ ਇਕੱਠੇ ਕਰ ਲਓ ਤੇ ਫੀਸ ਕਿੰਨੀ ਫੀਸ 55000 ਪਲੱਸ ਐਮਬੈਸੀ ਫੀਸ ਜਿੰਨੀ ਵੀ 60000 ਦੇ ਕਰੀਬ ਬਣ ਗਈ ਮੈਂ ਡਾਕੂਮੈਂਟ ਸਾਰੇ ਮੈਂ ਇਕੱਠੇ ਕਰਨੇ ਆ 55000 ਮੈਂ ਇਹਨਾਂ ਨੂੰ ਕਾਹਦਾ ਦਊਂਗਾ ਮੈਂ ਕਿਸੇ ਨੂੰ ਉਦਾਂ ਹੀ ਜਾਣਕਾਰ ਨੂੰ ਪੁੱਛਿਆ ਕਹਿੰਦਾ ਮੈਂ ਤੈਨੂੰ ਮਦਦ ਕਰ ਦਿੰਦਾ ਉਹ ਚ ਠੀਕ ਹੈ ਆਪਾਂ ਅਪਲਾਈ ਕਰਤਾ 1000 ਰੁਪਏ 1000 ਰੁਪਏ ਦੇ ਵਿੱਚ ਉਹਨਾਂ ਨੇ ਅਪਲਾਈ ਕਰਤਾ ਤੇ ਆਪਣੇ ਟੋਟਲ 6000 ਰੁਪਏ ਲਗਾ ਜਦ 60000 ਰੁਪਏ ਮੰਗ ਰਹੇ ਸੀਗੇ ਥੋੜਾ ਜਿਹਾ ਅਵੇਅਰ ਹੋਂਦੀ ਲੋੜ ਹੈ ਜੇ ਤੁਸੀਂ ਜਾਣਕਰ ਤੁਹਾਨੂੰ ਕੋਈ ਮਿਲ ਜੇ ਅੱਛਾ ਇਹ ਤੁਸੀਂ ਗੱਲ ਕਰ ਰਹੇ ਸੀਗੇ ਤੁਸੀਂ ਤੁਹਾਡੇ ਤੋਂ 55000 ਤੱਕ ਮੰਗਿਆ ਗਿਆ ਕਿਉਂਕਿ ਤੁਹਾਡੇ ਕੋਲ ਸਾਰੇ ਕਾਗਜ਼ ਸੀਗੇ ਉੱਥੇ ਐਡ ਇਹ ਚੱਲਦੀ ਆ ਕੋਈ ਪੁਰਾਣੇ ਫੰਡ ਨਹੀਂ ਚਾਹੀਦੇ ਅੱਛਾ ਜੀ ਕੋਈ ਸਪான்ਸਰ ਨਹੀਂ ਚਾਹੀਦੀ ਕੋਈ ਹੋਰ ਚੀਜ਼ ਨਹੀਂ ਚਾਹੀਦੀ ਤੁਸੀਂ ਆਜੋ ਸਿਰਫ ਆਪਣਾ ਪਾਸਪੋਰਟ ਲੈ ਕੇ ਵੀਜ਼ਾ ਅਸੀਂ ਅਪਲਾਈ ਕਰਾਂਗੇ ਹੁਣ ਤੁਹਾਡੇ ਕੋਲ ਤਾਂ ਬਕਾਏ ਸਿਗੇ ਸਾਰੇ ਤੁਸੀਂ ਸੋਚਿਆ ਕਿ ਮੈਂ 55000 ਵੀ ਕਿਉਂ ਦੇਣਾ ਉਹਨੋਂ ਉਹ ਬੰਦਾ ਜਿਹੜਾ ਕਹਿੰਦਾ ਯਾਰ ਮੇਰਾ ਤਾਂ ਉੱਥੇ ਕੋਈ ਰਹਿੰਦਾ ਨਹੀਂ ਮੈਂ ਸਪான்ਸਰ ਕਿੱਥੋਂ ਬੰਗਾਉਂਗਾ ਮੇਰੇ ਕੋਲ ਤਾਂ ਬੈਂਕ ਦੇ ਵਿੱਚ ਪੈਸੇ ਵੀ ਨਹੀਂ ਹੈਗੇ ਤਾਂ ਇਹ ਸਾਰਾ ਕੁਝ ਲਿਖਦਾ ਪਿਆ ਇਹਦੀ ਐਡ 'ਚ ਲਿਖਿਆ ਕਿ ਸਾਰੇ ਤਾਂ ਕਾਗਜ਼ ਅਸੀਂ ਇਕੱਠੇ ਕਰਾਂਗੇ ਉਹ 55000 ਰੁਪਏ ਉਹ 5.5 ਲੱਖ ਰੁਪਏ ਨੂੰ ਵੀ ਤਿਆਰ ਹੈਗਾ ਕਿ ਭਾਜੀ ਹਾਂ ਵੀਜ਼ਾ ਲਵਾ ਕੇ ਦਿਓ ਤਾਂ 5.5 ਲੱਖ ਸਾਡੇ 5.5 ਲੱਖ ਵਿੱਚ ਸਾਨੂੰ ਜਿਹੜੀਆਂ ਹੁਣ ਕੁਝ ਖਬਰਾਂ ਸੁਣਨ ਨੂੰ ਮਿਲੀਆਂ ਨੇ ਜਾਂ ਕੁਝ ਲੋਕਾਂ ਕੋਲ ਇਨਫੋਰਮੇਸ਼ਨ ਮਿਲੀ ਹੈ ਕਿ 5.5 ਲੱਖ ਦੇ ਕੋਈ ਚੀਜ਼ ਨਹੀਂ ਰਹਿ ਗਈ 20 ਤੋਂ 30 ਲੱਖ ਰੁਪਏ ਤੱਕ ਵਿਜ਼ਟਰ ਵੀਜ਼ੇ ਦਾ ਲੋਕ ਦੇ ਰਿਹਾ ਇਹਨੇ ਜ਼ਿਆਦਾ ਲੋਕ ਠੱਗੇ ਜਾ ਰਹੇ ਜੀ ਔਰ ਇਹ ਕਹ ਕੇ ਲੈ ਜਾ ਰਹੇ ਆ ਕਿ ਐਮਬੈਸੀ ਦੇ ਵਿੱਚ ਸੈਟਿੰਗ ਹੈਗੀ ਆ ਕਿ ਸਾਡਾ ਵੀਜ਼ਾ ਨਹੀਂ ਰਿਫਿਊਜ਼ ਹੁੰਦਾ ਮੈਂ ਅੱਜ ਤੱਕ ਨਹੀਂ ਦੇਖਿਆ ਕਿਸੇ ਬੰਦੇ ਦੀ ਕਿਸੇ ਐਮਬੈਸੀ ਦੇ ਵਿੱਚ ਪਰਮਿਸ਼ਨ ਵੀ ਹੋਵੇ ਕਿ ਤੂੰ ਅੰਦਰ ਵੜ ਜਾ ਬਿਨਾ ਉਹਨਾਂ ਤੋਂ ਅਪਾਇੰਟਮੈਂਟ ਲਿੱਤੇ ਤੇ ਵੀਜ਼ਾ ਲਵਾਉਣ ਦੀ ਸੈਟਿੰਗ ਜਿਹੜੀ ਹੈਗੀ ਆ ਉਹ ਪਤਾ ਨਹੀਂ ਕਿੱਥੋਂ ਦੀ ਬੰਦੀ ਆ ਜਾਂ ਕੌਣ ਤੁਹਾਡੇ ਲੋਕਾਂ ਦੇ ਦਿਮਾਗ 'ਚ ਪਾ ਦਿੰਦਾ ਕਿ ਹਾਂ ਇਸ ਬੰਦੇ ਕੋਲੋਂ ਵੀਜ਼ਾ ਅਪਲਾਈ ਕਰਾਂਗੇ ਤਾਂ 100% ਵੀਜ਼ਾ ਲੱਗਾ ਹੀ ਪਿਆ ਜੀ ਹੋਰ ਕਿਸ ਤਰ੍ਹਾਂ ਦੀ ਠੱਗੀ ਹੁੰਦੀ ਹੈ ਇਹ ਤੇ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ ਹੋਰ ਕਿਸ ਕਿਸ ਤਰ੍ਹਾਂ ਦੀ ਠੱਗੀ ਤੁਹਾਨੂੰ ਵੇਖਣ ਨੂੰ ਮਿਲੀ ਹੈ ਜਾਂ ਕਿਸ ਤਰ੍ਹਾਂ ਦੀ ਤੁਹਾਡੇ ਸਾਹਮਣੇ ਉਦਾਹਰਨਾਂ ਨੇ ਦੇਖੋ ਮੋਸਟਲੀ ਤਾਂ ਪੈਸੇ ਦੇ ਨਾਲ ਰਿਲੇਟਿਡ ਹੀ ਆ ਹੁਣ ਪੈਸੇ ਦੇ ਨਾਲ ਰਿਲੇਟਿਡ ਇੱਕ ਹੋਰ ਆ ਜੀ ਕਿ ਭਾਈ ਮੈਂ ਤਾਂ ਜੀ ਕਮਿਊਨਿਟੀ ਕਾਲਜ ਐਡਮਿਸ਼ਨ ਲਈ ਆ ਹਾਂ ਜੀ ਲਈ ਹੈ ਜੀ ਮੈਨੂੰ ਤਾਂ ਪੈਸੇ ਭੇਜਣੇ ਪੈਣੇ ਆ ਠੀਕ ਹੈ ਜੀ ਭੇਜਣੇ ਪੈਣੇ ਆ ਜਦੋਂ ਪੈਸੇ ਭੇਜਣੇ ਆ ਤਾਂ ਤੁਹਾਨੂੰ ਪੁੱਛਿਆ ਜਾਂਦਾ ਕਿ ਜੀ ਇਹ ਪੈਸੇ ਕਿੱਥੋਂ ਭੇਜੇ ਜਾਣ ਠੀਕ ਹੈ ਏਜੰਟ ਨੂੰ ਪੁੱਛਦੇ ਹੋ ਤੁਸੀਂ ਇੱਕ ਸਟੂਡੈਂਟ ਪੁੱਛਦਾ ਕਿ ਆ ਆ ਮੇਰੀ ਆਫਰ ਲੈਟਰ ਆ ਗਈ ਆ ਹੁਣ ਅਕਾਊਂਟ ਡਿਟੇਲ ਦਿੱਤੀ ਹੁਣ ਇਹ ਪੈਸੇ ਮੈਂ ਕਿੱਥੋਂ ਭੇਜਾਂ ਉਹ ਕਹਿੰਦਾ ਤੇਰਾ ਅਕਾਊਂਟ ਕਿਹੜੇ ਬੈਂਕ ਚੋਂ ਕਹਿੰਦਾ HDFC ਨਹੀਂ ਨਹੀਂ HDFC ਚੋਂ ਨਾ ਭੇਜੀ ਤੂੰ ਇਦਾਂ ਕਰ ਆਲਾ ਫਾੜਾ ਫਲਾਣੇ ਫੋਰਨ ਐਕਸਚੇਂਜ ਵਾਲੇ ਦਾ ਫੋਨ ਨੰਬਰ ਹੈਗਾ ਇਹਨਾਂ ਨਾਲ ਗੱਲ ਕਰ ਲੈ ਤੇ ਇਹ ਤੇਰੇ ਪੈਸੇ ਟ੍ਰਾਂਸਫਰ ਕਰਾਣਗੇ ਠੀਕ ਹੈ ਠੀਕ ਹੈ ਜੀ 15000 ਡਾਲਰ ਕਾਲਜ ਦੀ ਫੀਸ ਆ 10000 ਡਾਲਰ ਜੀਆਈਸੀ ਦਾ 25000 ਡਾਲਰ ਹੋ ਗਿਆ ਜੀ ਉਹਨੂੰ 25000 ਡਾਲਰ ਦਾ ਅੱਜ ਦੀ ਰੇਟ ਚ ਡਾਲਰ ਦਾ ਜੇ ਰੇਟ ਚੱਲਦਾ ਪਿਆ 52 ਰੁਪਏ ਤੁਸੀਂ ਉਸ ਫੋਰਨ ਐਕਸਚੇਂਜ ਵਾਲੇ ਨਾਲ ਗੱਲ ਕੀਤੀ ਉਹਨੂੰ ਪੁੱਛਦੇ ਹੋ ਕਿ ਮੈਂ ਪੈਸੇ ਟਰਾਂਸਫਰ ਕਰਨੇ ਉਹ ਕਹਿੰਦੇ ਜੀ ਪੈਸੇ ਤਾਂ ਤੁਹਾਡੇ ਅਗਲੇ ਦਿਨ ਹੀ ਪਹੁੰਚ ਜਾਣਗੇ ਜਿਹੜਾ ਰੇਟ ਉਹ 56 ਰੁਪਏ ਆ ਠੀਕ ਹੈ ₹18.56 ਦੇ ਹਿਸਾਬ ਨਾਲ ਤੁਹਾਡੇ ਪੈਸੇ ਟਰਾਂਸਫਰ ਹੁੰਦੇ ₹4 ਡਾਲਰ ਦੇ ਮਗਰ ਉਹ ਮਾਰਜਨ ਰੱਖਿਆ ਜਾਂਦਾ 25000 ਡਾਲਰ ਦਾ ₹4 ਦੇ ਹਿਸਾਬ ਨਾਲ ਲੱਖ ਰੁਪਏ ਹੋ ਗਿਆ ਜੀ ਬਿਲਕੁਲ ਹੁਣ ਤੁਸੀਂ ਵੀਜ਼ਾ ਅਪਲਾਈ ਕਰ ਦੋ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਲੱਗ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜੇ ਤੁਹਾਨੂੰ ਤਾਂ ਪੈਸੇ ਮੁੜ ਜਾਣੇ ਪਰ ਉਹ ਲੱਖ ਰੁਪਏ ਜਿਹੜਾ ਕਮਿਸ਼ਨ ਦਾ ਗਿਆ 4 ਪਰ ਡਾਲਰ ਉੱਤੇ ਦੇ ਨਾਲ ਉਹ ਨੀਂ ਜੇ ਕਿਸੇ ਪਾਸੇ ਮੁੜਨਾ। ਬਿਲਕੁਲ ਸਹੀ। ਉਹ ਤੁਹਾਨੂੰ ਇਹੀ ਕਿਹਾ ਜਾਣਾ ਕਿ ਬੈਂਕ ਚੋਂ ਪੈਸੇ ਜਾਣ ਦਾ ਰੇਟ ਹੋਰ ਹੁੰਦਾ ਵਾਪਸ ਆਨ ਦਾ ਰੇਟ ਹੋਰ ਹੁੰਦਾ। ਹਾਂ ਹੁੰਦਾ ਪਰ ਉਹਦੇ ਵਿੱਚ 1 ਰੁਪਿਆ 2 ਰੁਪਏ ਡਾਲਰ ਦਾ ਹੀ ਫਰਕ ਹੁੰਦਾ। ਜਦੋਂ ਜਾਂਦਾ ਰੁਪਈਆ ਮਹਿੰਗਾ ਲੱਗ ਜਾਂਦਾ ਜਦੋਂ ਵਾਪਸ ਆਉਂਦਾ ਉਦੋਂ ਰੁਪਈਆ ਘਟ ਜਾਂਦਾ। ਉਹ ਬੈਂਕ ਮਾਰ ਜਣਾ 4 4 5 5 ਰੁਪਏ ਉਹ ਕੱਟ ਹੈ ਉਸ ਫੋਰਨ ਐਕਸਚੇਂਜ ਵਾਲੇ ਦਾ। ਉਹ ਕੱਟ ਹੈ ਉਸ ਏਜੰਟ ਦਾ ਜਿਹੜਾ ਤੁਹਾਡੇ ਪੈਸੇ ਭੇਜਦਾ। ਬਿਲ ਟਰਾਂਸਫਰ ਹੀ ਉਦੋਂ ਕਰ ਰਹੇ ਜਦੋਂ ਵੀਜ਼ਾ ਲੱਗ ਗਿਆ ਜਿਸ ਦਿਨ ਤੁਹਾਡਾ ਵੀਜ਼ਾ ਲੱਗ ਗਿਆ ਫਿਰ ਤੁਸੀਂ ਕੈਸ਼ ਦੇ ਦਿਓ ਡਰਾਫਟ ਦੇ ਦਿਓ ਚੈੱਕ ਦੇ ਦਿਓ ਕੈਨੇਡਾ ਟਰਾਂਸਫਰ ਕਰ ਦਿਓ ਅਮਰੀਕਾ ਟਰਾਂਸਫਰ ਕਰ ਦਿਓ ਤੁਹਾਡਾ ਕੰਮ ਤਾਂ ਹੋ ਹੀ ਗਿਆ ਨਾ ਜੀ ਬਿਲਕੁਲ ਤੁਹਾਡਾ ਵੀਜ਼ਾ ਲੱਗ ਗਿਆ ਵੀਜ਼ਾ ਤੁਹਾਡੇ ਹੱਥ ਆ ਤੁਹਾਡਾ ਕੰਸਲਟੈਂਟ ਤੁਹਾਨੂੰ ਕਹਿੰਦਾ ਕਿ ਮੈਨੂੰ ਕੈਸ਼ ਲਿਆ ਕੇ ਦਿਓ ਤੁਸੀਂ ਕੈਸ਼ ਦੇ ਦਿਓ ਉਹ ਕਹਿੰਦਾ ਮੈਨੂੰ ਡਰਾਫਟ ਬਣਾ ਦਿਓ ਡਰਾਫਟ ਬਣਾ ਦਿਓ ਕਿਉਂਕਿ ਹੁਣ ਤਾਂ ਕੁਝ ਹੋ ਹੀ ਨਹੀਂ ਸਕਦਾ ਹੁਣ ਤਾਂ ਠੱਗੀ ਰਹੀ ਨਹੀਂ ਗਈ ਜੀ ਹੁਣ ਵੀਜ਼ਾ ਲੱਗ ਗਿਆ ਹੁਣ ਤੁਸੀਂ ਕੈਨੇਡਾ ਪਹੁੰਚ ਜਾਣਾ ਸਾਰਾ ਕੁਝ ਹੋ ਗਿਆ ਜਿੰਨੀ ਦੇਰ ਤੱਕ ਉਹ ਵੀਜ਼ਾ ਨਹੀਂ ਲੱਗਦਾ ਉਨੀ ਦੇਰ ਤੱਕ ਬਹੁਤ ਤਰੀਕੇ ਨੇ ਬਹੁਤ ਰਸਤੇ ਨੇ ਤੁਹਾਡੀ ਜੇਬ ਚੋਂ ਪੈਸੇ ਕਢਾਣ ਦੇ ਬਿਲਕੁਲ ਤੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਤੁਹਾਨੂੰ ਲੱਗਦਾ ਕਿ ਕਿਤੇ ਕੋਈ ਸ਼ੰਕਾ ਹੈ ਭਾਵੇਂ ਤੁਸੀਂ ਵੀਜ਼ਾ ਕਿਤੇ ਵੀ ਅਪਲਾਈ ਕਰੋ ਕਿਸੇ ਥਰੂ ਵੀ ਕਰੋ ਤੁਸੀਂ ਪੁਨੀਤ ਹੁਣਾਂ ਨੂੰ ਫੋਨ ਕਰ ਸਕਦੇ ਹੋ ਉਹਨਾਂ ਦੇ ਦਿੱਤੇ ਹੋਏ ਨੰਬਰ ਦੇ ਉੱਪਰ ਜਿਹੜੇ ਸਕਰੀਨ ਦੇ ਉੱਪਰ ਵੀ ਡਿਸਪਲੇ ਹੋਏ ਨੇ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਮਹਿਮਾਨ ਦੇ ਨਾਲ ਤਦ ਤੱਕ ਲਈ ਮੈਨੂੰ ਆਵ ਨਹੀਂ ਸਕਤੇ ਜਾਨ ਨੂੰ ਦਿਓ ਇਜਾਜ਼ਤ ਤੁਸੀਂ ਦੇਖ ਦਿਰੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ